ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਮੋਦੀ ਸਰਕਾਰ ਵੱਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ 2 ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ। 14 ਫਰਵਰੀ ਨੂੰ ਪੁਲਵਾਮਾ ਅਟੈਕ ਤੋਂ ਬਾਅਦ ਸ਼ਹੀਦ ਹੋਏ ਪਰਿਵਾਰਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਰੋਸ ਸੀ, ਪਰ ਆਖਿਰਕਾਰ ਮੋਦੀ ਸਰਕਾਰ ਨੇ ਸਰਜੀਕਲ ਸਟ੍ਰਾਈਕ 2 ਕਰਕੇ ਇਹਨਾਂ ਪਰਿਵਾਰਾਂ ਨੂੰ ਤਸੱਲੀ ਬਖਸ਼ੀ। ਮੋਗਾ ਦੇ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨੇ ਵੀ ਮੋਦੀ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਸਿੱਧੇ ਤੌਰ 'ਤੇ ਕਿਹਾ ਕਿ ਜਵਾਨਾਂ ਦੀ ਆਤਮਾ ਨੂੰ ਸ਼ਾਂਤੀ ਮਿਲਣ ਵਾਸਤੇ ਇਹੋ ਜਿਹੀ ਕਾਰਵਾਈ ਬਹੁਤ ਜ਼ਰੂਰੀ ਸੀ। ਤੁਸੀਂ ਆਪ ਹੀ ਸੁਣੋ ਉਹਨਾਂ ਦੇ ਪਰਿਵਾਰਕ ਸਦੱਸੇ ਨੇ ਕੀ ਕਿਹਾ। ਲਗਤਾ ਕਿ 45 ਜਵਾਨੋਂ ਕੀ ਆਤਮਾ ਕੋ ਸ਼ਾਂਤੀ ਮਿਲੀ ਹੋਗੀ? ਹਾਂਜੀ, 45 ਜੋ ਜਵਾਨ ਹੈ ਉਨ ਕੀ ਆਤਮਾ ਕੋ ਆਜ ਹੀ ਸ਼ਾਂਤੀ ਮਿਲੀ ਹੈ, ਕਿਉਂਕਿ 45 ਜਵਾਨ ਜੋ ਸੀ ਉਹ ਪੂਰੇ ਉਹਨਾਂ ਨੇ ਜੋ ਹਿੰਦੁਸਤਾਨ ਕੇ ਲਈ ਕੁਰਬਾਨੀ ਦਿੱਤੀ ਹੈ, ਉਨਕੀ ਕੁਰਬਾਨੀ ਕੋ ਆਜ ਕਿੰਨੀ ਉਹ ਜਗ੍ਹਾ ਮਿਲੀ ਹੈ ਜੋ ਉਹਨਾਂ ਨੇ ਕੁਰਬਾਨੀ ਦੀ ਹੈ। ਆਜ ਹਿੰਦੁਸਤਾਨ ਮੇਂ ਉਹਨਾਂ ਕਾ ਨਾਮ ਔਰ ਵੀ ਉੱਚਾ ਹੋਇਆ ਕਿ ਉਨਕੇ ਨਾਮ ਕੇ ਨਾਲ ਜੋੜ ਕੇ ਜੋ ਮੋਦੀ ਸਰਕਾਰ ਨੇ ਇਹ ਕਦਮ ਲਿਆ ਹੈ ਉਹ ਕੁਰਬਾਨੀ ਦੇਣ ਦੀ ਵਜ੍ਹਾ ਨਾਲ ਹੀ ਕਦਮ ਲਿਆ ਹੈ।